अजीत वैब टीवी देखण वाले सारे दर्शकों का स्वागत है। मैं हाँ स्वर्ण सिंह टैणा, हाजिर हाँ हफ्तावारी प्रोग्राम खबरों के आर पार लैके। तो हर हफ्ते की तरह साढ़े स्टूडियो के उगे पत्रकार जनाब सतनाम सिंह माणक जी अपने ने। माणक साहब स्वागत है तुहाडा। शुक्रिया जी। माणक साहब पहली खबर के वल रुख करते हैं। अमरीका के एक नाइट क्लब के गोलीबारी की गई है, हालांकि गोलीबारी करने वाले नू मार दिता गया जिहड़ा यह अतवादी हमला मनिया जा रहा है, क्योंकि बराक ओबामा ने भी यह गल कही है कि असी बहुत दुखी हाँ अंदरों के इहो जिहा हमला होया है अमरीका की नाइट क्लब के उत्ते। 50 के करीब लोगों की मौत हुई है, 53 के करीब लोग जख्मी हुए ने। की कहना चाहोगे इस घटना के बाबत? टैणा जी, 9/11 तो बाद बिना शक अमरीका के उत्ते ਇਹ ਵੱਡਾ ਇੱਕ ਹਮਲਾ ਹੋਇਆ ਜੀ। ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੇ ਵੀ ਇਹੀ ਗੱਲ ਕਹੀ ਹੈ ਕਿ 9/11 ਤੋਂ ਬਾਅਦ ਇੱਕ ਬਹੁਤ ਵੱਡਾ ਹਮਲਾ ਹੋਇਆ। ਪਹਿਲਾਂ ਇਹ ਸਮਝਿਆ ਜਾ ਰਿਹਾ ਸੀ ਕਿ ਇਹ ਜਿਹੜਾ ਕਲੱਬ ਆ ਜਿਹੜਾ ਉਹ ਹੈਗਾ ਸਮਲਿੰਗੀਆਂ ਦਾ ਕਲੱਬ ਹੈ। ਪਹਿਲਾਂ ਇਹ ਸਮਝਿਆ ਜਾ ਰਿਹਾ ਸੀ ਕਿ ਕੋਈ ਵਿਅਕਤੀ ਜਿਹੜਾ ਸਮਲਿੰਗੀਆਂ ਨੂੰ ਪਸੰਦ ਨਹੀਂ ਕਰਦਾ ਜਾਂ ਸਮਲਿੰਗੀਆਂ ਨਾਲ ਉਹਨੂੰ ਨਫ਼ਰਤ ਹੈ, ਉਹਨੇ ਇਹ ਕੰਮ ਕੀਤਾ। ਪਰ ਉਹ ਤੋਂ ਬਾਅਦ ਜਿਹੜੀ ਹੁਣ ਜਾਣਕਾਰੀ ਸਾਹਮਣੇ ਇਹ ਆਈ ਹੈ ਕਿ ਜਿਸ ਵਿਅਕਤੀ ਮਤੀਨ ਨੇ ਜਿਹੜਾ ਇਹ ਹਮਲਾ ਕੀਤਾ, ਅਫਗਾਨੀ ਮੂਲ ਦਾ ਨਾਗਰਿਕ ਹੈ, ਉਹਦਾ ਪਿਤਾ ਵੀ ਹੈ ਜਿਹੜਾ ਉਹ ਵੀ ਅਫਗਾਨਿਸਤਾਨ ਦੇ ਜਿਹੜੇ ਤਾਲਿਬਾਨ ਆ ਉਹਨਾਂ ਦਾ ਸਮਰਥਕ ਹੈ। ਉਹ ਆਪਣਾ ਉਹਨੇ ਯੂਟਿਊਬ 'ਤੇ ਚੈਨਲ ਵੀ ਬਣਾਇਆ ਹੋਇਆ ਅਤੇ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਵੀਡੀਓ ਵੀ ਉਹ ਪਾਉਂਦਾ ਜਿਹੜੀਆਂ ਅਫਗਾਨੀ ਤਾਲਿਬਾਨ ਦਾ ਸਮਰਥਨ ਕਰਦੀਆਂ, ਇੱਕ ਕਿਸਮ ਦਾ ਅੱਤਵਾਦ ਦਾ ਸਮਰਥਨ ਕਰਦੀਆਂ। ਸੋ ਜਿਹੜੀ ਵਿਚਾਰਧਾਰਾ ਉਹਦੇ ਪਿਤਾ ਦੀ ਆ, ਲਾਜ਼ਮੀ ਤੌਰ 'ਤੇ ਉਹਦੇ ਲੜਕੇ 'ਤੇ ਵੀ ਉਹਦਾ ਅਸਰ ਹੈ। ਅਤੇ ਸਮਝਿਆ ਇਹ ਜਾ ਰਿਹਾ ਕਿ ਭਾਵੇਂ ਉਹ ਅਲਕਾਇਦਾ ਜਾਂ ISI ਨਾਲ ਸਿੱਧਾ ਸੰਬੰਧ ਉਹਦਾ ਨਾਂ ਵੀ ਹੋਵੇ, ਤਾਂ ਵੀ ਤਾਲਿਬਾਨ ਜਾਂ ਜਿਹੜਾ ਇਸ ਵੇਲੇ ਵਿਸ਼ਵ ਦੇ ਵਿੱਚ ਜਿਹੜਾ ਇਸਲਾਮਿਕ ਅਸਹਿਣਸ਼ੀਲਤਾ ਚੱਲ ਰਹੀ ਆ, ਉਹਦੇ ਨਾਲ ਉਹਦਾ ਕੋਈ ਨਾ ਕੋਈ ਜਿਹੜਾ ਵਿਚਾਰਧਾਰਕ ਤੌਰ 'ਤੇ ਸੰਪਰਕ ਜੁੜਿਆ ਹੋਇਆ। ਬਿਨਾਂ ਸ਼ੱਕ ਅਮਰੀਕਾ ਦੇ ਉੱਤੇ ਇੱਕ ਵੱਡਾ ਹਮਲਾ ਹੋਇਆ। ਇਹਦਾ ਇਹ ਲੋੜ ਇਸ ਗੱਲ ਦੀ ਆ ਕਿ ਅਮਰੀਕਾ ਵੀ ਜਿਸ ਤਰ੍ਹਾਂ ਪਾਕਿਸਤਾਨ ਵਾਲੇ ਚੰਗੇ ਅੱਤਵਾਦੀ ਬੁਰੇ ਅੱਤਵਾਦੀ ਇੱਦਾਂ ਦਾ ਵਖਰੇਵਾਂ ਕਰਦੇ ਆ, ਇਹ ਬਿਨਾਂ ਇਸ ਤਰ੍ਹਾਂ ਦੇ ਭਿੰਨ ਭੇਦ ਦੇ ਕੌਮਾਂਤਰੀ ਪੱਧਰ 'ਤੇ ਜਿਹੜੀਆਂ ਵੀ ਸ਼ਕਤੀਆਂ ਜਿਹੜੀਆਂ ਧਾਰਮਿਕ ਅਸਹਿਣਸ਼ੀਲਤਾ ਫੈਲਾਉਣੀਆਂ ਜਾਂ ਦੂਜੇ ਧਰਮਾਂ ਨੂੰ ਮੰਨਣ ਵਾਲੇ ਲੋਕਾਂ 'ਤੇ ਹਮਲੇ ਕਰਵਾਉਣੀਆਂ, ਉਹਨਾਂ ਦਾ ਇੱਕਮੁੱਠ ਹੋ ਕੇ ਦੁਨੀਆਂ ਦੇ ਸਾਰੇ ਦੇਸ਼ਾਂ ਨੂੰ ਉਹਦਾ ਵਿਰੋਧ ਕਰਨਾ ਚਾਹੀਦਾ। ਮਾਣਕ ਸਾਹਿਬ ਇੱਕ ਹੋਰ ਖਬਰ ਆਈ ਹੈ ਜਿਹੜੀ ਕਾਂਗਰਸ ਦੇ ਨਾਲ ਜੁੜੀ ਹੋਈ ਹੈ। ਕਮਲਨਾਥ ਹੋਰਾਂ ਨੂੰ ਪੰਜਾਬ ਅਤੇ ਹਰਿਆਣਾ ਦੇ ਕਾਂਗਰਸ ਦੇ ਮਾਮਲਿਆਂ ਦੇ ਇੰਚਾਰਜ ਬਣਾ ਦਿੱਤਾ ਗਿਆ। ਗੁਲਾਮ ਨਬੀ ਆਜ਼ਾਦ ਹੋਰਾਂ ਨੂੰ ਉੱਤਰ ਪ੍ਰਦੇਸ਼ ਦੇ ਇੰਚਾਰਜ ਬਣਾਇਆ ਗਿਆ, ਪਰ ਕਮਲਨਾਥ ਹੋਰਾਂ ਦੀ ਨਿਯੁਕਤੀ ਕਾਂਗਰਸ ਦੇ ਲਈ ਇੱਕ ਨਵਾਂ ਵਿਵਾਦ ਲੈ ਕੇ ਆਈ ਹੈ, ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਦੇ ਵੱਲੋਂ ਅਤੇ ਹੋਰ ਜਿਹੜੇ ਸੀਨੀਅਰ ਆਗੂ ਨੇ ਉਹ ਕਹਿ ਰਹੇ ਨੇ ਕਿ ਕਮਲਨਾਥ ਦਾ ਨਾਂ 1984 ਦੇ ਸਿੱਖ ਕਤਲੇਆਮ ਦੇ ਦੋਸ਼ੀਆਂ ਦੀ ਲੜੀ ਦੇ ਵਿੱਚ ਆਉਂਦਾ ਹੈ। ਕੀ ਕਹਿਣਾ ਚਾਹੋਗੇ? ਕਹਿਣਾ ਜੀ, ਕਾਂਗਰਸ ਨੇ ਜਿਹੜੀਆਂ ਵਿਰੋਧੀ ਪਾਰਟੀਆਂ ਨੂੰ ਇੱਕ ਮੁੱਦਾ ਦੇ ਦਿੱਤਾ, ਇਹ ਗੱਲ ਪਹਿਲਾਂ ਹੀ ਚਰਚਾ ਦਾ ਵਿਸ਼ਾ ਰਹੀ ਆ। ਸਮੇਂ ਸਮੇਂ 'ਤੇ ਕਮਲਨਾਥ 'ਤੇ ਦੋਸ਼ ਲੱਗਦੇ ਰਹੇ ਆ ਕਿ 84 ਦੇ ਸਿੱਖ ਕਤਲੇਆਮ ਵਿੱਚ ਉਹਦਾ ਹੱਥ ਸੀਗਾ, ਅਤੇ ਇਸ ਗੱਲ ਨੂੰ ਜਿਹੜਾ ਕਾਂਗਰਸ ਨੂੰ ਸਮਝਣਾ ਚਾਹੀਦਾ ਸੀ ਕਿ ਜੇ ਹੁਣ ਉਹਨੂੰ ਚੋਣਾਂ ਲਈ ਜਿਹੜਾ ਪੰਜਾਬ ਦੀ ਕਾਂਗਰਸ ਦਾ ਇੰਚਾਰਜ ਬਣਾਇਆ ਜਾਂਦਾ ਅਤੇ ਇਹ ਵਾਦ ਵਿਵਾਦ ਵੀ ਜਿਹੜਾ ਪਹਿਲਾਂ ਉਹਦੇ ਨਾਲ ਜੁੜਿਆ ਸੀ, ਇਹ ਵਿਵਾਦ ਵਿਵਾਦ ਨੇ ਵੀ ਆਉਣਾ ਹੀ ਸੀਗਾ। ਅਤੇ ਇਹਦੇ 'ਤੇ ਜਿਹੜਾ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਵੀ ਬਿਆਨ ਆਇਆ, ਇਸ ਤੋਂ ਇਲਾਵਾ ਅਕਾਲੀ ਦਲ ਦੇ ਦੂਜੇ ਜਿਹੜੇ ਸੀਨੀਅਰ ਲੀਡਰ ਹੈ ਦਲਜੀਤ ਸਿੰਘ ਚੀਮਾ, ਉਹਨਾਂ ਦਾ ਵੀ ਬਿਆਨ ਆਇਆ। ਇਸ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਲੀਡਰਾਂ ਨੇ ਵੀ ਜਿਹੜਾ ਬਿਆਨ ਦਿੱਤਾ ਕਿ ਕਾਂਗਰਸ ਜਿਹੜੀ ਆ ਜਿਹੜੇ ਸਿੱਖਾਂ ਦੇ ਜ਼ਖਮਾਂ ਨੂੰ ਜਿਹੜਾ ਮੁੜ ਕੇ ਫਿਰ ਜਿਹੜਾ ਉਹ ਚੇੜਨ ਦਾ ਕੰਮ ਕਰ ਰਹੀ ਹੈ। ਬਿਨਾਂ ਕਿਸੇ ਗੱਲ ਤੋਂ ਕਾਂਗਰਸ ਨੇ ਜਿਹੜਾ ਵਿਰੋਧੀ ਪਾਰਟੀਆਂ ਨੂੰ ਇੱਕ ਮੁੱਦਾ ਦੇ ਦਿੱਤਾ। ਬਿਹਤਰ ਇਹ ਸੀ ਕਿ ਉਹ ਕਮਲਨਾਥ ਨੂੰ ਪੰਜਾਬ ਦਾ ਇੰਚਾਰਜ ਨਾ ਬਣਾਉਂਦੇ। ਅਤੇ ਮਾਣਕ ਸਾਹਿਬ, ਜਦੋਂ ਹੁਣ ਕਮਲਨਾਥ ਨੂੰ ਬਣਾ ਹੀ ਦਿੱਤਾ ਗਿਆ ਇੰਚਾਰਜ, ਤੁਸੀਂ ਕੀ ਮੰਨਦੇ ਹੋ ਕਿ 2017 ਦੀਆਂ ਚੋਣਾਂ ਦੇ ਮੱਦੇਨਜ਼ਰ ਕਾਂਗਰਸ ਦੀਆਂ ਚੁਣੌਤੀਆਂ ਹੋਰ ਵੱਧ ਸਕਦੀਆਂ ਜਾਂ ਫਿਰ ਨਹੀਂ? ਨਹੀਂ, ਕਾਂਗਰਸ ਦੀਆਂ ਚੁਣੌਤੀਆਂ ਵਧੇ ਗਈਆਂ। ਹੁਣ ਆਉਣ ਵਾਲੇ ਦਿਨਾਂ 'ਚ ਵਿਰੋਧੀ ਪਾਰਟੀਆਂ ਨੇ ਜਿਹੜਾ ਇਸ ਮੁੱਦੇ ਨੂੰ ਉਛਾਲਣਾ ਹੈ ਅਤੇ ਹੋ ਸਕਦਾ ਮਜਬੂਰ ਹੋ ਕੇ ਕਾਂਗਰਸ ਜਿਹੜੀ ਹੈ ਉਹ ਇਸ ਫੈਸਲੇ ਨੂੰ ਬਦਲੇ। ਅੱਛਾ, ਕਿਉਂਕਿ ਨੁਕਸਾਨ ਕਾਂਗਰਸ ਦਾ ਇਹਦੇ ਨਾਲ ਜ਼ਿਆਦਾ ਹੋਣਾ, ਇੱਕ ਬਹੁਤ ਵੱਡਾ ਮੁੱਦਾ ਜਿਹੜਾ ਵਿਰੋਧੀ ਪਾਰਟੀਆਂ ਨੂੰ ਮਿਲ ਗਿਆ। ਕਾਂਗਰਸ ਜੇਕਰ ਚਾਹੁੰਦੀ ਹੈ ਕਿ ਉਹ ਚੋਣਾਂ ਦੇ ਵਿੱਚ ਬਿਹਤਰ ਢੰਗ ਨਾਲ ਜਾਵੇ 2017 ਦੀਆਂ ਚੋਣਾਂ ਦੇ ਵਿੱਚ, ਤਾਂ ਉਹਨੂੰ ਇਸ ਫੈਸਲੇ 'ਤੇ ਮੁੜ ਵਿਚਾਰ ਕਰਨੀ ਪੈਣੀ ਹੈ ਜੀ। ਮਾਣਕ ਸਾਹਿਬ, ਪੰਜਾਬ ਭਰ ਦੇ ਵਿੱਚ ਕਾਂਗਰਸੀ ਵਰਕਰਾਂ ਅਤੇ ਆਗੂਆਂ ਦੇ ਵੱਲੋਂ ਧਰਨੇ ਪ੍ਰਦਰਸ਼ਨ ਸਰਕਾਰ ਦੇ ਖਿਲਾਫ਼ ਕੀਤੇ ਜਾ ਰਹੇ ਨੇ। ਜਲੰਧਰ ਦੇ ਵਿੱਚ ਧਰਨੇ ਪ੍ਰਦਰਸ਼ਨ 'ਚ ਹਿੱਸਾ ਲੈਣ ਦੇ ਲਈ DC ਦਫ਼ਤਰ ਦੇ ਮੂਹਰੇ ਜਿਹੜਾ ਧਰਨਾ ਦਿੱਤਾ ਜਾ ਰਿਹਾ ਏ, ਰਾਹੁਲ ਗਾਂਧੀ ਵੀ ਪਹੁੰਚੇ ਨੇ। ਕਾਂਗਰਸ ਦੇ ਵੱਲੋਂ ਜਿਹੜੀ ਨੀਤੀ ਅਪਣਾਈ ਗਈ ਹੈ ਸਰਕਾਰ ਨੂੰ ਘੇਰਨ ਦੇ ਲਈ, ਤੁਹਾਡੇ ਖਿਆਲ ਦੇ ਮੁਤਾਬਕ ਇਹ ਕਿੰਨੀ ਕੁ ਕਾਰਗਰ ਹੈ ਅਤੇ ਇਹਨਾਂ ਧਰਨਿਆਂ ਦੇ ਜ਼ਰੀਏ ਕਾਂਗਰਸ ਦੇ ਵਿੱਚ ਕਿੰਨੀ ਕੁ ਜਾਨ ਪੈਣ ਦੀ ਸੰਭਾਵਨਾ?
ਟਾਣਾ ਜੀ, ਕਾਂਗਰਸ ਨੇ ਜਿਹੜੀ ਇਹ ਨੀਤੀ ਬਣਾਈ ਹੈ ਉਹ ਪਾਰਟੀ ਨੂੰ ਚੋਣਾਂ ਲਈ ਤਿਆਰ ਕਰਨ ਲਈ ਇਹ ਨੀਤੀ ਬਣਾਈ ਹੈ। ਅਸੀਂ ਪਿਛਲੇ ਦਿਨਾਂ 'ਚ ਔਰ ਪਿਛਲੇ ਸਮੇਂ 'ਚ ਦੇਖਿਆ ਕਿ ਪੰਜਾਬ ਦੀ ਕਾਂਗਰਸ ਲਗਾਤਾਰ ਕਮਜ਼ੋਰ ਹੁੰਦੀ ਜਾ ਰਹੀ ਹੈ ਔਰ ਉਹਦੇ ਵਿੱਚ ਧੜੇਬੰਦੀ ਵੀ ਕਾਫੀ ਹੈ। ਜੇ ਕੈਪਟਨ ਅਮਰਿੰਦਰ ਸਿੰਘ ਕਾਂਗਰਸ ਦੇ ਪ੍ਰਧਾਨ ਬਣ ਗਏ ਆ, ਉਸ ਵੇਲੇ ਆਸ ਕੀਤੀ ਜਾ ਰਹੀ ਸੀ ਜਦੋਂ ਉਹਨੇ ਪ੍ਰਧਾਨਗੀ ਸੰਭਾਲੀ ਸੀ ਕਿ ਕਾਂਗਰਸ ਦੇ ਵਿੱਚ ਉਹ ਬਾਹਰ ਆਏਗਾ, ਪਰ ਥੋੜ੍ਹਾ ਜਿਹਾ ਉਤਸ਼ਾਹ ਪੈਦਾ ਹੋਣ ਤੋਂ ਬਾਅਦ ਮੁੜ ਕੇ ਫਿਰ ਜਿਹੜੀ ਕਾਂਗਰਸ 'ਚ ਇੱਕ ਕਿਸਮ ਦੀ ਜਿਹੜੀ ਆ ਨਿਰਾਸ਼ਾ ਜਿਹੀ ਝਲਕਣ ਲੱਗ ਗਈ। ਇਸ ਤੋਂ ਇਲਾਵਾ ਕਾਂਗਰਸ ਦੇ ਮਤਭੇਦ ਵੀ ਦੁਆਰਾ ਸਾਹਮਣੇ ਆਉਣ ਲੱਗ ਗਏ। ਇਹਦੇ ਪਿਛਲੇ ਦਿਨੀ ਦਿੱਲੀ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਅਤੇ ਪ੍ਰਸ਼ਾਂਤ ਕਿਸ਼ੋਰ ਜਿਹੜੇ ਪੰਜਾਬ ਦੀਆਂ ਚੋਣਾਂ ਲਈ ਕਾਂਗਰਸ ਦੇ ਰਣਨੀਤੀਕਾਰ ਆ, ਉਹਨਾਂ ਦੀ ਅਤੇ ਰਾਹੁਲ ਗਾਂਧੀ ਨਾਲ ਇੱਕ ਮੀਟਿੰਗ ਹੋਈ ਸੀ। ਉਹਦੇ ਵਿੱਚ ਕਾਂਗਰਸ ਨੂੰ ਸਰਗਰਮ ਕਰਨ ਲਈ ਇਹ ਜਿਹੜੇ ਤਿੰਨ ਧਰਨਿਆਂ ਦਾ ਪ੍ਰੋਗਰਾਮ ਲਿਖਿਆ ਗਿਆ ਸੀ। ਇੱਕ ਗੁਰਦਾਸਪੁਰ ਦੇ ਵਿੱਚ ਇੱਕ ਗੰਨਾ ਮਿੱਲ ਦੇ ਸਾਹਮਣੇ ਇੱਕ ਧਰਨਾ ਮਾਰਿਆ ਜਾ ਚੁੱਕਾ, ਉਹਦੇ ਵਿੱਚ ਵੀ ਜਿਹੜਾ ਧਰਨੇ ਦਾ ਹਾਂ ਪੱਖੀ ਪ੍ਰਭਾਵ ਜਾਣਾ ਸੀਗਾ ਉਹਦੇ ਵਿੱਚ, ਕਿਉਂਕਿ ਕਾਂਗਰਸੀਆਂ ਦੀ ਆਪਸ ਵਿੱਚ ਹੀ ਲੜਾਈ ਝਗੜਾ ਉੱਥੇ ਹੋ ਗਿਆ, ਉਹਦਾ ਪ੍ਰਭਾਵ ਵੀ ਉਹਨਾਂ ਬਣ ਨਹੀਂ ਸਕਿਆ। ਹੁਣ ਦੂਜਾ ਧਰਨਾ ਜਲੰਧਰ ਵਿੱਚ ਮਾਰਿਆ ਜਾ ਰਿਹਾ, ਅੱਜ ਜਿਸ ਤਰ੍ਹਾਂ ਤੁਸੀਂ ਜ਼ਿਕਰ ਕੀਤਾ ਕਾਂਗਰਸ ਦੇ ਉਪ ਪ੍ਰਧਾਨ ਰਾਹੁਲ ਗਾਂਧੀ ਜਿਹੜੇ ਆ ਉਹਦੇ ਵਿੱਚ ਸ਼ਿਰਕਤ ਕਰ ਰਿਹਾ, ਇਹਦੇ ਵਿੱਚ ਕਿੰਨੇ ਕੁ ਕਾਂਗਰਸੀ ਵਰਕਰ ਅਤੇ ਆਗੂ ਸ਼ਾਮਿਲ ਹੁੰਦੇ ਆ, ਕਿੰਨਾ ਕੁ ਇਕਮੁੱਠ ਹੋ ਕੇ ਉਹ ਪ੍ਰਭਾਵ ਦੇਣ ਦੇ ਸਮਰੱਥ ਹੁੰਦੇ ਆ, ਇਹ ਆਪਾਂ ਨੂੰ ਜਿਹੜਾ ਥੋੜ੍ਹੀ ਦੇਰ ਬਾਅਦ ਪਤਾ ਲੱਗ ਜਾਏਗਾ ਸਾਰੀ ਇਹ ਜਾਣਕਾਰੀ ਸਾਹਮਣੇ ਆਉਣ ਤੋਂ ਬਾਅਦ। ਪਰ ਬਿਨਾਂ ਸ਼ੱਕ ਇਹ ਜਿਹੜੀ ਆ ਪੰਜਾਬ ਦੀ ਕਾਂਗਰਸ, ਪੰਜਾਬ ਦੇ ਲੀਡਰਾਂ, ਪੰਜਾਬ ਦੇ ਕੇਡਰ ਜਿਹੜੇ ਕਾਂਗਰਸ ਦੇ ਆ ਉਹਨਾਂ ਨੂੰ ਸਰਗਰਮ ਕਰਨ ਲਈ ਇਹ ਪ੍ਰੋਗਰਾਮ ਲਿਖਿਆ ਗਿਆ, ਅਤੇ ਕਾਂਗਰਸ ਦੇ ਕੋਲ ਹੋਰ ਕੋਈ ਚਾਰਾ ਨਹੀਂ ਹੈਗਾ ਕਿ ਉਹ ਆਪਣੇ ਲੀਡਰਾਂ ਨੂੰ, ਆਪਣੇ ਵਰਕਰਾਂ ਨੂੰ ਥੋੜ੍ਹਾ ਬਹੁਤਾ ਚੋਣਾਂ ਲਈ ਸਰਗਰਮ ਕਰਨ ਲਈ ਇਸ ਤਰ੍ਹਾਂ ਦੇ ਪ੍ਰੋਗਰਾਮ ਉਲੀਕਣੇ। ਉਹਦਾ ਹੱਕ ਵੀ ਆ ਇੱਕ ਵਿਰੋਧੀ ਪਾਰਟੀ ਦੇ ਤੌਰ 'ਤੇ, ਅਤੇ ਉਹਦੇ ਲਈ ਇਹ ਅਜਿਹਾ ਕਰਨਾ ਜ਼ਰੂਰੀ ਵੀ ਆ। ਮਾਨਕ ਸਾਹਿਬ, ਤੁਸੀਂ ਕਾਂਗਰਸ ਦੀ ਧੜੇਬੰਦੀ ਗੱਲ ਕੀਤੀ ਹੈ, ਅਤੇ ਪਿਛਲੇ ਕਈ ਦਿਨਾਂ ਤੋਂ ਖਬਰਾਂ ਆ ਰਹੀਆਂ ਨੇ ਕਿ ਸੁਨੀਲ ਜਾਖੜ ਵੀ ਕਾਂਗਰਸ ਲੀਡਰਸ਼ਿਪ ਤੋਂ ਨਾਰਾਜ਼ ਨੇ, ਕਿਉਂਕਿ ਉਹਨਾਂ ਦੇ ਨਾਲ ਵਾਅਦਾ ਕੀਤਾ ਗਿਆ ਸੀ ਖਬਰਾਂ ਦੇ ਮੁਤਾਬਕ ਕਿ ਉਹਨਾਂ ਨੂੰ ਰਾਜ ਸਭਾ ਦੀਆਂ ਪੌੜੀਆਂ 'ਤੇ ਚਾੜਿਆ ਜਾਏਗਾ। ਜੇਕਰ ਉਹ ਨਾਰਾਜ਼ ਰਹਿੰਦੇ ਨੇ ਤਾਂ ਤੁਸੀਂ ਕੀ ਮੰਨਦੇ ਹੋ ਬਤੌਰ ਪੱਤਰਕਾਰ ਕਿ ਕਿਹੋ ਜਿਹੀ ਚੁਣੌਤੀ ਦਰਪੇਸ਼ ਆ ਸਕਦੀ ਹੈ? ਕਹਿਣਾ ਜੀ, ਕਾਂਗਰਸ ਦੇ ਵਿੱਚ ਮਤਭੇਦ ਤਾਂ ਹੈਗੇ ਕਈ ਪੱਧਰਾਂ 'ਤੇ ਹੈਗੇ ਜੀ। ਉਹਦੇ 'ਚ ਜਿੱਥੋਂ ਤੱਕ ਸੁਨੀਲ ਜਾਖੜ ਉਹਨਾਂ ਦੀ ਗੱਲ ਹੈ, ਉਹ ਇੱਕ ਜ਼ਿਆਦਾ ਜਿਹੜੇ ਧੜੇਬੰਦੀ 'ਚ ਵਿਸ਼ਵਾਸ ਰੱਖਣ ਵਾਲੇ ਲੀਡਰ ਨਹੀਂ ਹੈ, ਉਹ ਇੱਕ ਜਿਹੜੇ ਸ਼ਰੀਫ ਲੀਡਰ ਹੀ ਉਹਨਾਂ ਨੂੰ ਸਮਝਿਆ ਜਾਂਦਾ। ਉਹਨਾਂ ਨੇ ਨਾਰਾਜ਼ਗੀ ਜ਼ਰੂਰ ਆਪਣੀ ਪ੍ਰਗਟ ਕੀਤੀ ਹੈ, ਪਰ ਕੋਈ ਇਸ ਤਰ੍ਹਾਂ ਦੀ ਆਸ ਨਹੀਂ ਹੈ ਕਿ ਬਹੁਤ ਵੱਡੀ ਬਗਾਵਤੋਂ ਕਰ ਦੇਣਗੇ ਜਾਂ ਪਾਰਟੀ ਛੱਡ ਕੇ ਕਿਸੇ ਹੋਰ ਪਾਰਟੀ 'ਚ ਚਲ ਜਾਣਗੇ। ਇਸ ਤਰ੍ਹਾਂ ਦੀ ਉਮੀਦ ਘੱਟ ਹੈ। ਬਾਕੀ ਰਾਜਨੀਤੀ 'ਚ ਕਿਹੜੇ ਵੇਲੇ ਕੀ ਹੋਣਾ ਉਹਦੇ ਬਾਰੇ 100% ਤਾਂ ਕੁਛ ਵੀ ਨਹੀਂ ਕਿਹਾ ਜਾ ਸਕਦਾ, ਪਰ ਜਿਹੜਾ ਪਿਛਲਾ ਪਿਛੋਕੜ ਹੈ ਸੁਨੀਲ ਜਾਖੜ ਦਾ, ਉਹਦੇ ਵਿੱਚ ਉਹ ਜ਼ਿਆਦਾ ਜਿਹੜਾ ਬਾਗੀ ਲੀਡਰ ਦੇ ਤੌਰ 'ਤੇ ਜਾਣੇ ਨਹੀਂ ਜਾਂਦੇ, ਬਲਕਿ ਹਾਈ ਕਮਾਂਡ ਨਾਲ ਅਤੇ ਰਾਜ ਦਾ ਜਿਹੜਾ ਕਾਂਗਰਸ ਦਾ ਯੂਨਿਟ ਹੈ ਉਹਦੇ ਨਾਲ ਰਲ ਕੇ ਕੰਮ ਕਰਨ ਵਾਲੇ ਲੀਡਰ ਵਜੋਂ ਉਹਨਾਂ ਨੂੰ ਜਾਣਿਆ ਜਾਂਦਾ, ਅਤੇ ਨਾਰਾਜ਼ ਉਹ ਬਿਲਕੁਲ ਹੈਗੇ ਜਿਸ ਤਰ੍ਹਾਂ ਤੁਸੀਂ ਦੱਸਿਆ ਜੀ। ਮਾਨਕ ਸਾਹਿਬ, 1984 ਸਿੱਖ ਕਤਲੇਆਮ ਨੂੰ 32 ਵਰੇ ਹੋ ਗਏ, ਪਰ ਹਾਲੇ ਤੱਕ ਜਾਂਚ ਦਰ ਜਾਂਚ ਇਹੀ ਕੰਮ ਚੱਲੀ ਜਾਂਦਾ ਹੈ, ਕਦੇ CBI ਜਾਂਚ, ਕਦੇ SIT ਦੀ ਗੱਲ, ਕਦੇ ਕੋਈ ਗੱਲ, ਕਦੇ ਕੋਈ ਗੱਲ। ਹੁਣ ਖਬਰ ਆਈ ਹੈ ਕਿ 75 ਕੇਸਾਂ ਦੀ ਮੁੜ ਜਾਂਚ ਸ਼ੁਰੂ ਕੀਤੀ ਜਾਏਗੀ। ਕੀ ਕਹਿਣਾ ਚਾਹੋਗੇ ਇਸ ਜਾਂਚ ਦੇ ਸਿਲਸਿਲੇ ਦੇ ਬਾਬਤ? ਕਹਿਣਾ ਜੀ, ਜਿਸ ਤਰ੍ਹਾਂ ਤੁਸੀਂ ਆਪ ਹੀ ਜ਼ਿਕਰ ਕੀਤਾ, ਜਦੋਂ ਵੀ ਪੰਜਾਬ ਦੀਆਂ ਚੋਣਾਂ ਹੋਣੀਆਂ ਜਾਂ ਲੋਕ ਸਭਾ ਦੀਆਂ ਚੋਣਾਂ ਹੋਣ, ਉਦੋਂ ਇਹ ਮੁੱਦੇ ਨੂੰ ਜਿਹੜੀਆਂ ਸਿਆਸੀ ਪਾਰਟੀਆਂ ਮੁੜ ਕੇ ਉਭਾਰਦੀਆਂ ਤਾਂ ਕਿ ਰਾਜਨੀਤਿਕ ਤੌਰ 'ਤੇ ਇਹਨਾਂ ਤੋਂ ਫਾਇਦਾ ਲਿਆ ਜਾ ਸਕੇ। ਬਾਕੀ ਦਿੱਲੀ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਪਹਿਲਾਂ ਵੀ ਸਰਕਾਰ ਰਹੀ ਆ ਅਟਲ ਬਿਹਾਰੀ ਵਾਜਪੇਈ ਦੀ ਅਗਵਾਈ 'ਚ, ਹੁਣ ਸ਼੍ਰੀ ਨਰਿੰਦਰ ਮੋਦੀ ਦੀ ਅਗਵਾਈ 'ਚ ਸਰਕਾਰ ਆਈ ਹੈ, ਇਸ ਤੋਂ ਪਹਿਲਾਂ ਡਾਕਟਰ ਮਨਮੋਹਨ ਸਿੰਘ ਦੀ ਵੀ ਸਰਕਾਰ ਆਈ ਹੈ। ਕਿਸੇ ਵੀ ਸਰਕਾਰ ਨੇ ਗੰਭੀਰਤਾ ਨਾਲ ਜਿਹੜਾ 84 ਦਾ ਸਿੱਖ ਕਤਲੇਆਮ ਆ ਉਹਦੀ ਜਾਂਚ ਨਹੀਂ ਕਰਾਈ ਅਤੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਲਈ ਕੋਈ ਠੋਸ ਕਦਮ ਨਹੀਂ ਚੁੱਕੇ। ਇਹ ਸਰਕਾਰਾਂ ਸੁਪਰੀਮ ਕੋਰਟ ਤੱਕ ਪਹੁੰਚ ਕਰਕੇ ਸੁਪਰੀਮ ਕੋਰਟ ਤੋਂ ਜਿਹੜਾ SIT ਬਣਵਾ ਸਕਦੀਆਂ ਸੀ, ਜਿਹਦੀ ਨਜ਼ਰਸਾਨੀ ਜਾਂ ਜਿਹੜਾ ਉਹਦੇ ਕੰਮ ਕਾਰ 'ਤੇ ਜਿਹੜਾ ਸੁਪਰੀਮ ਕੋਰਟ ਜਿਹੜੀ ਆ ਨਜ਼ਰ ਰੱਖ ਸਕਦੀ ਸੀ। ਜਿਸ ਤਰ੍ਹਾਂ ਜਿਹੜਾ ਗੁਜਰਾਤ 'ਚ ਜਿਹੜੀ ਮੁਸਲਮਾਨਾਂ ਦੇ ਖਿਲਾਫ ਹਿੰਸਾ ਹੋਈ ਸੀ 2002 'ਚ, ਉਹਦੇ ਕੁਝ ਕੇਸਾਂ ਦੀ ਜਾਂਚ ਕਰਨ ਲਈ ਸੁਪਰੀਮ ਕੋਰਟ ਵੱਲੋਂ SIT ਬਣਾਈ ਗਈ ਸੀ ਅਤੇ ਸੁਪਰੀਮ ਕੋਰਟ ਉਸ ਏਜੰਸੀ ਦੀ ਜਾਂਚ 'ਤੇ ਖੁਦ ਨਜ਼ਰ ਰੱਖਦਾ ਰਿਹਾ ਅਤੇ ਇਸ ਤਰ੍ਹਾਂ ਦੀ ਵਿਵਸਥਾ ਜਿਹੜੀ ਹੈ 84 ਦੇ ਸਿੱਖ ਕਤਲੇਆਮ ਬਾਰੇ ਵੀ ਹੋ ਸਕਦੀ ਸੀ, ਪਰ ਕਿਸੇ ਵੀ ਸਰਕਾਰ ਨੇ ਗੰਭੀਰਤਾ ਨਾਲ ਸੁਪਰੀਮ ਕੋਰਟ ਕੋਲ ਇਸ ਕੰਮ ਲਈ ਪਹੁੰਚ ਨਹੀਂ ਕੀਤੀ। ਸੋ ਸੁਪਰੀਮ ਕੋਰਟ ਨੇ ਆਪਣੇ ਤੌਰ 'ਤੇ ਵੀ ਇਹ ਐਡਾ ਵੱਡਾ ਜਿਹੜਾ ਕਤਲੇਆਮ 2-3 ਦਿਨ ਦਿੱਲੀ ਵਿੱਚ ਹੋਇਆ ਅਤੇ ਸੁਪਰੀਮ ਕੋਰਟ ਦੀ ਸੀਟ ਵੀ ਉੱਥੇ ਹੈ, ਸੁਪਰੀਮ ਕੋਰਟ ਨੇ ਆਪਣੇ ਆਪ ਵੀ ਇਹਦਾ ਕੋਈ ਨੋਟਿਸ ਨਹੀਂ ਲਿਆ। ਭਾਰਤੀ ਨਿਆਂਪਾਲਿਕਾ 'ਚ ਵਿਵਸਥਾ ਹੈਗੀ ਆ ਕਿ ਸੋਹੋ ਮੋਟੋ ਅਧੀਨ ਅਦਾਲਤਾਂ ਆਪ ਵੀ ਕਿਸੇ ਗੱਲ ਦਾ ਨੋਟਿਸ ਲੈ ਸਕਦੀਆਂ, ਪਰ ਸੁਪਰੀਮ ਕੋਰਟ ਨੇ ਅਜਿਹਾ ਵੀ ਨਹੀਂ ਕੀਤਾ। ਇੱਕ ਪੱਤਰਕਾਰ ਦੇ ਤੌਰ 'ਤੇ ਮੈਂ ਸਮਝਦਾ ਕਿ ਇਹ ਬਹੁਤ ਵੱਡੀ ਘਟਨਾ ਨੂੰ 32 ਸਾਲ ਹੋ ਗਏ ਆ, ਇਹ ਅਜੇ ਵੀ
ਸਾਡੀ ਜਮਹੂਰੀ ਪ੍ਰਣਾਲੀ ਅਤੇ ਸਾਡੀ ਨਿਆਂ ਜਿਹੜੀ ਪ੍ਰਣਾਲੀ ਆ ਉਹਦੇ ਉੱਤੇ ਇੱਕ ਬਹੁਤ ਵੱਡਾ ਦਾਗ ਲੱਗਿਆ ਹੋਇਆ। ਇਹ ਉਦੋਂ ਤੱਕ ਇਹ ਧੋਤਾ ਨਹੀਂ ਜਾ ਸਕਦਾ ਜਦੋਂ ਤੱਕ ਜਿਹੜਾ ਜਿਹੜੇ ਇਸ ਜਿਹੜੇ ਸਿੱਖ ਕਤਲੇਆਮ ਦੇ ਦੋਸ਼ੀ ਆ ਉਹਨਾਂ ਨੂੰ ਢੁਕਵੀਆਂ ਸਜ਼ਾਵਾਂ ਨਹੀਂ ਮਿਲਦੀਆਂ। ਮਾਨਕ ਸਾਹਿਬ, ਪੰਜਾਬ ਦੇ ਸਿਰ ਕਰਜ਼ਾ ਕਿੰਨਾ ਚੜਿਆ ਹੋਇਆ ਆਪਾਂ ਹਰ ਰੋਜ਼ ਖਬਰਾਂ ਦੇ ਵਿੱਚ ਪੜ੍ਹਦੇ ਹਾਂ। 125,000 ਕਰੋੜ ਰੁਪਏ ਤੋਂ ਵੱਧ ਦੇ ਕਰਜ਼ੇ ਦੀ ਵਿਰੋਧੀ ਪਾਰਟੀਆਂ ਦੇ ਵੱਲੋਂ ਗੱਲਬਾਤ ਕੀਤੀ ਜਾਂਦੀ ਹੈ, ਪਰ ਜੇਕਰ ਅਸੀਂ ਦੇਖੀਏ ਸੱਤਾਧਾਰੀ ਧਿਰ ਦੇ ਵੱਲੋਂ ਖਰਚੇ ਕੀਤੇ ਜਾਂਦੇ ਤਾਂ ਬੜੇ ਸਵਾਲ ਪੈਦਾ ਹੁੰਦੇ ਨੇ ਕਿ ਮੁੱਖ ਸੰਸਦੀ ਸਕੱਤਰਾਂ ਅਤੇ ਸੰਸਦੀ ਸਕੱਤਰਾਂ ਦੇ ਅਹੁਦੇ ਕਿਹੜੀ ਗੱਲੋਂ ਕੀਤੇ ਗਏ। ਉਹਨਾਂ ਨੂੰ ਲੱਖਾਂ ਰੁਪਏ ਦੀਆਂ ਤਨਖਾਹਾਂ ਅਤੇ ਪੱਤੇ ਦਿੱਤੇ ਜਾਂਦੇ ਨੇ, ਪਰ ਹੁਣ RTI ਦੇ ਜ਼ਰੀਏ ਇੱਕ ਜਾਣਕਾਰੀ ਆਈ ਹੈ ਕਿ 2007 ਤੋਂ ਲੈ ਕੇ 15 ਤੱਕ 97 ਕਰੋੜ ਰੁਪਏ ਦਾ ਤੇਲ ਆ ਜਿਹੜਾ ਉਹ ਸਰਕਾਰ ਦੇ ਵੱਖ ਵੱਖ ਮੰਤਰੀਆਂ ਦੀਆਂ ਗੱਡੀਆਂ ਛੱਕ ਗਈਆਂ ਨੇ। ਕੀ ਕਹਿਣਾ ਚਾਹੋਗੇ? ਟਾਣਾ ਜੀ, ਜਿਸ ਤਰ੍ਹਾਂ ਤੁਸੀਂ ਜ਼ਿਕਰ ਕੀਤਾ ਪਹਿਲਾਂ ਵੀ ਕਈ ਪ੍ਰੋਗਰਾਮਾਂ 'ਚ ਅਸੀਂ ਤਾਂ ਚਰਚਾ ਕਰਦੇ ਰਹੇ ਹਾਂ, ਜਿਹੜੀ ਪੰਜਾਬ ਸਰਕਾਰ ਜਿਹੜੀ ਆ ਉਹ ਕਿਫਾਇਤ ਨਾਲ ਖਰਚੇ ਨਹੀਂ ਕਰ ਰਹੀ। ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਜਿਹੜਾ ਪੰਜਾਬ ਦੇ ਉੱਤੇ 125,000 ਕਰੋੜ ਜਿਹੜਾ ਉਹ ਕਰਜ਼ਾ ਹੋ ਚੁੱਕਾ, ਔਰ ਕੁਝ ਵਿਰੋਧੀ ਹਲਕੇ ਤਾਂ ਇਹ ਵੀ ਕਹਿੰਦੇ ਆ ਕਿ 125,000 ਕਰੋੜ ਜਿਹੜਾ ਉਹ ਕਰਜ਼ਾ ਪੰਜਾਬ ਦੇ ਸਿਰ ਹੋਣ ਵਾਲਾ ਹੈ, ਜਿਹੜਾ ਹੋਰ ਵੀ ਸਰਕਾਰ ਕਰਜ਼ਾ ਲਈ ਜਾ ਰਹੀ ਹੈ। ਇਸ ਤਰ੍ਹਾਂ ਦੀ ਸਥਿਤੀ 'ਚ ਲੋੜ ਤਾਂ ਇਹ ਸੀਗੀ ਕਿ ਸਰਕਾਰ ਜਿਹੜੀ ਸਾਰਿਆਂ ਪਾਸਿਆਂ ਤੋਂ ਕਿਫਾਇਤ ਵਰਤਦੀ, ਘੱਟ ਤੋਂ ਘੱਟ ਜਿਹੜੇ ਖਰਚੇ ਕੀਤੇ ਜਾਂਦੇ। ਲੋੜ ਇਹ ਜਦੋਂ ਸੁਪਰੀਮ ਕੋਰਟ ਨੇ ਇਹ ਕਿਹਾ ਕਿ ਕਿਸੇ ਵੀ ਸਟੇਟ ਦੇ ਵਿੱਚ ਜਿਹੜੀ ਉੱਥੇ ਦੀ ਵਿਧਾਨ ਸਭਾ ਦੇ ਮੈਂਬਰਾਂ ਦੀ ਗਿਣਤੀ ਹੈਗੀ ਉਹਦਾ 15% ਹੀ ਮੰਤਰੀ ਬਣਾਏ ਜਾਣੇ ਚਾਹੀਦੇ ਆ, ਤਾਂ ਇਸ ਹਿਸਾਬ ਨਾਲ ਪੰਜਾਬ ਵਿੱਚ ਵੀ ਜਿਹੜੇ ਆ ਮੰਤਰੀ ਵੀ ਘੱਟ ਬਣਾਉਣੇ ਚਾਹੀਦੇ ਸੀ ਅਤੇ ਜਿਹੜੇ ਪਾਰਲੀਮੈਂਟਰੀ ਸਕੱਤਰ ਬਣਾਏ ਗਏ ਇਹਨਾਂ ਦੀ ਵੀ ਕੋਈ ਲੋੜ ਨਹੀਂ ਸੀ। ਸਰਕਾਰ ਨੇ ਉਹ 'ਚ ਵੀ ਕਈ ਵਿਅਕਤੀਆਂ ਨੂੰ ਮੰਤਰੀ ਦਾ ਦਰਜਾ ਦਿੱਤਾ ਹੋਇਆ। ਸੋ ਟਰਾਂਸਪੋਰਟ 'ਤੇ ਵੀ ਜ਼ਿਆਦਾ ਖਰਚ ਹੋ ਰਿਹਾ, ਹੈਲੀਕਾਪਟਰਾਂ 'ਤੇ ਵੀ ਜ਼ਿਆਦਾ ਖਰਚ ਹੋ ਰਿਹਾ। ਇਹਦੇ ਨਾਲ ਜਿਹੜਾ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਦੇਣ ਦਾ ਕੰਮ ਆ ਉਹ ਪਿੱਛੇ ਪੈ ਰਿਹਾ, ਨਾ ਤਾਂ ਸਾਡੀਆਂ ਸਿਹਤ ਸਹੂਲਤਾਂ ਬਿਹਤਰ ਆ, ਨਾ ਸਾਡੀਆਂ ਸਿੱਖਿਆ ਸਹੂਲਤਾਂ ਬਿਹਤਰ ਆ, ਅਤੇ ਨਾ ਹੀ ਜਿਹੜਾ ਕਿਸਾਨੀ ਦਾ ਸੰਕਟ ਆ ਉਹ ਹੱਲ ਹੋ ਰਿਹਾ। ਕਿਸਾਨ ਹਰ ਰੋਜ਼ ਖੁਦਕੁਸ਼ੀਆਂ ਕਰ ਰਿਹਾ, ਮੁਲਾਜ਼ਮ ਜਿਹੜੇ ਆ ਉਹ ਆਪਣੀਆਂ ਮੰਗਾਂ ਲਈ ਸੜਕਾਂ 'ਤੇ ਆ, ਬੇਰੁਜ਼ਗਾਰ ਲੋਕ ਰੋਜ਼ ਅੰਦੋਲਨ ਕਰ ਰਹੇ ਆ। ਪੰਜਾਬ ਦੇ ਵਿੱਚ ਇਸ ਵੇਲੇ ਤਾਂ ਇਸ ਤਰ੍ਹਾਂ ਦੀ ਸਥਿਤੀ ਬਣੀ ਹੋਈ ਆ ਕਿ ਹਰ ਵਰਗ ਜਿਹੜਾ ਉਹ ਸਰਕਾਰ ਤੋਂ ਨਾਰਾਜ਼ ਨਜ਼ਰ ਆ ਰਿਹਾ। ਬਿਹਤਰ ਇਹ ਸੀ ਕਿ ਸਰਕਾਰ ਜਿਹੜੀ ਆ ਆਪਣੇ ਜਿਹੜੇ ਖਰਚੇ ਆ ਉਹਨਾਂ ਨੂੰ ਕਿਫਾਇਤ ਨਾਲ ਕਰਦੀ ਅਤੇ ਲੋੜਵੰਦ ਲੋਕਾਂ ਨੂੰ ਜਿਹੜਾ ਰਾਹਤ ਦੇਣ ਲਈ ਵੱਧ ਤੋਂ ਵੱਧ ਕਦਮ ਚੁੱਕਦੀ। ਮਾਨਕ ਸਾਹਿਬ, ਇੱਕ ਹੋਰ ਖਬਰ ਆਈ ਹੈ ਦੁਖਦਾਈ, ਜਿਹੜੀ ਬੜਾ ਕੁਝ ਸੋਚਣ ਲਈ ਮਜਬੂਰ ਕਰਦੀ ਹੈ ਕਿ ਪਿੰਡ ਮਾਛੀ ਨੰਗਲ ਦੇ ਵਿੱਚ ਕਿਸਾਨ ਅਤੇ ਈਸਾਈ ਭਾਈਚਾਰੇ ਦਰਮਿਆਨ ਇੱਟਾਂ ਵੱਟੇ ਚੱਲੇ ਨੇ ਪਲਾਟ ਦੇ ਉੱਤੇ ਕਬਜ਼ੇ ਦੇ ਮਾਮਲੇ ਨੂੰ ਲੈ ਕੇ। ਕੀ ਕਹਿਣਾ ਚਾਹੋਗੇ ਇਹਦੇ ਬਾਬਤ? ਰਹਿਣਾ ਜੀ, ਜਿਹੜੀ ਘਟਨਾ ਵਾਪਰੀ ਹੈ ਅਤੇ ਦੋ ਪਹਿਲੂ ਸਾਹਮਣੇ ਆ ਰਹੇ ਆ। ਇੱਕ ਤਾਂ ਇਹ ਆ ਜਿਹੜੇ ਈਸਾਈ ਭਾਈਚਾਰੇ ਨਾਲ ਸੰਬੰਧਿਤ ਲੋਕ ਜਿਹੜੇ ਹੈਗੇ ਆ ਉਹ ਜ਼ਿਆਦਾਤਰ ਦਲਿਤ ਹੈ, ਉਹਨਾਂ ਨੂੰ ਉਕਤ ਥਾਂ 'ਤੇ ਜਿਹੜਾ ਝਗੜੇ ਵਾਲੀ ਥਾਂ ਆ ਉੱਥੇ ਪਲਾਟ ਅਲਾਟ ਹੋਏ ਸੀਗੇ ਅਤੇ ਉਹ ਚਾਹੁੰਦੇ ਆ ਕਿ ਉਹ ਪਲਾਟਾਂ ਦਾ ਕਬਜ਼ਾ ਜਿਹੜਾ ਉਹਨਾਂ ਨੂੰ ਮਿਲੇ। 5-5 ਮਰਲੇ ਦੇ ਪਲਾਟ ਅਲਾਟ ਕੀਤੇ ਗਏ ਸੀ। ਦੂਜੇ ਪਾਸੇ ਜਿਹੜੀ ਧਿਰ ਨੇ ਉੱਤੇ ਕਬਜ਼ਾ ਕੀਤਾ ਉਹਨਾਂ ਦਾ ਕਹਿਣਾ ਇਹ ਆ ਕਿ ਜਿਨ੍ਹਾਂ ਲੋਕਾਂ ਨੂੰ ਪਲਾਟ ਅਲਾਟ ਹੋਏ ਸੀਗੇ ਉਹਨਾਂ ਦੇ ਬਜ਼ੁਰਗਾਂ ਤੋਂ ਉਹਨਾਂ ਨੇ ਇਹ ਜ਼ਮੀਨ ਖਰੀਦੀ ਹੈ। ਅੱਛਾ ਜੀ। ਅਤੇ ਜਿਹੜੀ 5 ਕਨਾਲ ਦੀ ਜ਼ਮੀਨ ਆ ਇਹ ਖਰੀਦੀ ਆ, ਇਸ ਕਰਕੇ ਉਹ ਇਹਦੇ 'ਤੇ ਕਬਜ਼ਾ ਕਰ ਰਹੇ ਆ। ਸੋ ਇਹ ਮਸਲਾ ਜਿਹੜਾ ਸੰਬੰਧਿਤ ਜ਼ਿਲ੍ਹੇ ਦੀ ਅਥਾਰਟੀ ਹੈ ਉਹਨਾਂ ਨੂੰ ਇਹ ਸੁਲਝਾਉਣਾ ਚਾਹੀਦਾ ਕਿ ਜਿਨ੍ਹਾਂ ਲੋਕਾਂ ਨੂੰ ਪਲਾਟ ਅਲਾਟ ਹੋਇਆ ਉਹਨਾਂ ਦਾ ਪੱਖ ਸਹੀ ਆ ਕਿ ਉਹਨਾਂ ਲੋਕਾਂ ਦਾ ਪੱਖ ਸਹੀ ਆ ਜਿਹੜੇ ਇਹ ਕਹਿੰਦੇ ਆ ਕਿ ਜਿਨ੍ਹਾਂ ਲੋਕਾਂ ਨੂੰ ਪਲਾਟ ਅਲਾਟ ਹੋਇਆ ਉਹਨਾਂ ਦੇ ਬਜ਼ੁਰਗਾਂ ਤੋਂ ਇਹ ਅਸੀਂ ਜ਼ਮੀਨ ਵਗੈਰਾ ਖਰੀਦੀ ਹੈ। ਸੋ ਇਹ ਇੱਕ ਜ਼ਮੀਨ ਦਾ ਵਿਵਾਦ ਆ ਜਿਹਦੇ ਕਰਕੇ ਇਹ ਗੱਲ ਹੋਈ ਆ। ਬਾਕੀ ਉਂਝ ਵੀ ਟਾਣਾ ਜੀ ਅਸੀਂ ਦੇਖਿਆ ਕਿ ਹਰ ਸਾਲ ਜਦੋਂ ਇਹ ਮਈ ਜੂਨ ਦਾ ਮਹੀਨਾ ਆਉਂਦਾ ਜ਼ਮੀਨਾਂ ਦੁਬਾਰਾ ਠੇਕੇ 'ਤੇ ਚੜ੍ਹਨੀਆਂ ਹੁੰਦੀਆਂ ਖੇਤੀ ਵਾਲੀਆਂ ਅਤੇ ਜਿਹੜਾ ਮਾਲਵੇ ਦੇ ਬਹੁਤੇ ਪਿੰਡਾਂ 'ਚ ਇਹ ਰੌਲਾ ਪੈਂਦਾ ਕਿ ਪਿੰਡ ਦੀਆਂ ਜਿਹੜੀਆਂ ਸਾਂਝੀਆਂ ਜ਼ਮੀਨਾਂ ਪੰਚਾਇਤਾਂ ਦੀਆਂ ਉਹ ਜਿਹੜੀਆਂ ਦਲਿਤ ਭਾਈਚਾਰਾ ਇਹ ਚਾਹੁੰਦਾ ਕਿ ਉਹਦਾ ਇੱਕ ਹਿੱਸਾ ਉਹਨਾਂ ਨੂੰ ਵੀ ਬੋਲੀ ਅਤੇ ਜਿਹੜਾ ਸਸਤਾ ਜਿਹੜਾ ਦਿੱਤਾ ਜਾਏ ਤਾਂ ਕਿ ਦਲਿਤ ਵੀ ਰਲ ਕੇ ਖੇਤੀ ਕਰ ਸਕਣ, ਉਹਨਾਂ ਦੀਆਂ ਕੋਈ ਬੁਨਿਆਦੀ ਲੋੜਾਂ ਜਿਹੜੀਆਂ ਉਹ ਪੂਰੀਆਂ ਹੋ ਸਕਣ। ਇਹਦੇ ਬਾਰੇ 'ਚ ਸਰਕਾਰ ਨੇ ਕੁਝ ਥਾਵਾਂ 'ਤੇ ਤਾਂ ਨੀਤੀ ਬੜੀ ਸਪੱਸ਼ਟ ਬਣਾਈ ਆ, ਪਰ ਕੁਝ ਪਿੰਡਾਂ 'ਚ ਨੀਤੀ ਇਸ ਤਰ੍ਹਾਂ ਦੀ ਸਪੱਸ਼ਟ ਨਹੀਂ ਹੈਗੀ। ਬਿਹਤਰ ਇਹ ਆ ਕਿ ਪੰਚਾਇਤ ਦੀਆਂ ਜ਼ਮੀਨਾਂ ਨੂੰ ਠੇਕੇ 'ਤੇ ਦੇਣ ਦੀ ਸਟੇਟ ਪੱਧਰ 'ਤੇ ਕੋਈ ਨੀਤੀ ਬਣਾਈ ਜਾਏ ਜਿੱਥੇ ਚੋਖੀਆਂ ਪੰਚਾਇਤੀ ਜ਼ਮੀਨਾਂ ਹੈਗੀਆਂ ਉਹਦੇ ਵਿੱਚ ਇੱਕ ਹਿੱਸਾ ਦਲਿਤਾਂ ਲਈ ਰਾਖਵਾਂ ਕਰ ਦਿੱਤਾ ਜਾਏ, ਉਹ ਦਲਿਤ ਜਿਹੜੇ ਆ ਬੋਲੀ ਦੇ ਕੇ ਉਹਦੇ 'ਤੇ ਉਹ ਜ਼ਮੀਨ ਠੇਕੇ 'ਤੇ ਲੈ ਕੇ ਉਹਦੇ 'ਤੇ ਕਾਸ਼ਤ ਕਰ ਸਕਣ। ਇਹਦੇ ਨਾਲ ਪਿੰਡਾਂ 'ਚ ਜਿਹੜਾ ਇਸ ਮੁੱਦੇ 'ਤੇ ਨੂੰ ਲੈ ਕੇ ਤਣਾਅ ਅਤੇ ਟਕਰਾਅ ਪੈਦਾ ਹੋ ਰਿਹਾ ਉਹ ਇਹਦੇ ਨਾਲ ਹੱਲ ਹੋ ਸਕਦਾ। ਜੀ ਜੀ। ਮਾਨਕ ਸਾਹਿਬ, ਇੱਕ ਹੋਰ ਬੜੀ ਅਹਿਮ ਖਬਰ ਹੈ ਜਿਹੜੀ ਸਾਡੇ ਸਮੂਹ ਪੰਜਾਬੀਆਂ ਦੇ ਸੋਚਣ ਵਾਲੀ ਹੈ ਕਿ ਪੰਜਾਬ ਦੀ ਧਰਤੀ ਲਗਾਤਾਰ ਬੰਜਰ ਹੁੰਦੀ ਜਾ ਰਹੀ ਹੈ। ਧਰਤੀ ਹੇਠਲਾ ਪਾਣੀ ਲਗਾਤਾਰ ਹਰ ਸਾਲ ਕਈ ਫੁੱਟ ਥੱਲੇ ਜਾ ਰਿਹਾ ਹੈ। ਟਿਊਬਵੈੱਲ ਆ ਜਿਹੜੇ ਉਹ ਧਰਤੀ ਦੀ ਹਿੱਕ ਦੇ ਵਿੱਚੋਂ ਪਾਣੀ ਕੱਢ ਕੱਢ ਕੇ ਪਾਣੀ ਤੋਂ ਸੱਖਣੀ ਬਣਾ ਰਹੇ ਨੇ ਸਾਡੀ ਧਰਤੀ ਨੂੰ। ਇਹਦੇ ਬਾਬਤ ਸਾਡੀ ਕਿਸੇ ਵੀ ਸਿਆਸੀ ਪਾਰਟੀ ਦੀ ਕੋਈ ਸੋਚ ਅਤੇ ਪਹੁੰਚ ਹਾਲੇ ਤੱਕ ਨਜ਼ਰ ਨਹੀਂ ਆਈ। ਕੀ ਕਹਿਣਾ ਚਾਹੋਗੇ? ਰਹਿਣਾ ਜੀ, ਇਹ ਬਿਨਾਂ ਸ਼ੱਕ ਇੱਕ ਬਹੁਤ ਵੱਡੀ ਪੰਜਾਬ ਦੀ ਸਮੱਸਿਆ ਹੈ
ਜਿਹੜਾ ਕੇਂਦਰੀ ਜ਼ਮੀਨ ਦੋਜ ਪਾਣੀ ਸੰਬੰਧੀ ਅਥਾਰਟੀ ਹੈ ਉਹਨੇ ਪੰਜਾਬ ਦੇ 138 ਬਲਾਕਾਂ ਵਿੱਚੋਂ 110 ਬਲਾਕਾਂ ਨੂੰ ਡਾਰਕ ਬਲਾਕ ਐਲਾਨ ਦਿੱਤਾ। ਇਹ ਡਾਰਕ ਬਲਾਕ ਐਲਾਨਣ ਦਾ ਜਿਹੜਾ ਮੰਤਵ ਇਹ ਆ ਕਿ ਇਹਨਾਂ ਬਲਾਕਾਂ ਵਿੱਚ ਜ਼ਮੀਨ ਹੇਠਲਾ ਪਾਣੀ ਬੇਹੱਦ ਜਿਹੜਾ ਉਹ ਹੇਠਾਂ ਜਾ ਚੁੱਕਾ, ਉਹ ਲਗਭਗ ਮੁੱਕਣ ਵਾਲਾ ਹੈਗਾ। ਅਤੇ ਬਾਕੀ ਅੱਜ ਹੀ ਜਿਹੜੀ ਇੱਕ ਅਖਬਾਰ 'ਚ ਡਾਕਟਰ ਐਸ ਐਸ ਜੌਹਲ, ਜਿਹੜੇ ਕਿ ਖੇਤੀ ਆਰਥਿਕਤਾ ਬਾਰੇ ਬੜੇ ਮਾਹਰ ਆ, ਖੇਤੀ ਬਾਰੇ ਵੀ ਉਹਨਾਂ ਨੂੰ ਬੜੀ ਜਾਣਕਾਰੀ ਹੈ, ਉਹਨਾਂ ਨੇ ਇਹ ਕਿਹਾ ਹੈਗਾ ਕਿ 1 ਕਿਲੋ ਜਿਹੜਾ ਝੋਨਾ ਉਗਾਉਣ ਲਈ 4,000 ਲੀਟਰ ਪਾਣੀ ਲੱਗਦਾ ਅਤੇ 1 ਕਿਲੋ ਕਣਕ ਪੈਦਾ ਕਰਨ ਲਈ 3,000 ਲੀਟਰ ਪਾਣੀ ਲੱਗਦਾ। ਅਤੇ ਇਹ ਜਿਹੜੀ ਲਗਾਤਾਰ ਜਿਹੜਾ 2 ਫਸਲੀ ਅਸੀਂ ਚੱਕਰ ਕਣਕ ਅਤੇ ਝੋਨੇ ਦਾ ਅਪਣਾਇਆ ਹੋਇਆ, ਉਹਦੇ ਨਾਲ ਜਿਹੜਾ ਬਹੁਤ ਵੱਡੀ ਮਾਤਰਾ 'ਚ ਜਿਹੜਾ ਪਾਣੀ ਆ ਸਾਡਾ ਉਹ ਉਹਦੇ 'ਤੇ ਲੱਗ ਰਿਹਾ। ਅਤੇ ਇਸ ਵੇਲੇ ਜਿਹੜਾ ਖੇਤੀਬਾੜੀ ਲਈ ਕੁੱਲ ਪਾਣੀ ਵਰਤਿਆ ਜਾ ਰਿਹਾ ਉਹਦਾ 70% ਅਸੀਂ ਜ਼ਮੀਨ ਹੇਠੋਂ ਕੱਢਦੇ ਹਾਂ ਅਤੇ 30% ਜਿਹੜਾ ਪਾਣੀ ਅਸੀਂ ਉਹ ਜਿਹੜਾ ਨਹਿਰਾਂ ਦਾ ਵਰਤਦੇ ਹਾਂ। ਅਤੇ ਜੇ ਲਗਾਤਾਰ ਇਸੇ ਤਰ੍ਹਾਂ ਪਾਣੀ ਕੱਢੀ ਜਾਂਦੇ ਰਹੇ ਅਸੀਂ ਅਤੇ ਆਉਣ ਵਾਲੇ ਸਮੇਂ 'ਚ ਝੋਨਾ ਦਾ ਕੀ ਤੁਸੀਂ ਕੋਈ ਵੀ ਫਸਲ ਬੀਜ ਨਹੀਂ ਸਕਣੀ ਅਤੇ ਪੀਣ ਵਾਲੇ ਪਾਣੀ ਦੀ ਵੀ ਜਿਹੜੀ ਇਹ ਬੜੀ ਕਮੀ ਆ ਸਕਦੀ ਹੈ। ਅਸੀਂ ਦੇਖਦੇ ਹਾਂ ਕਿ ਸਿਰਫ ਖੇਤੀ ਦੇ ਖੇਤਰ 'ਚ ਹੀ ਵੱਡੀ ਪੱਧਰ 'ਤੇ ਪਾਣੀ ਦੀ ਦੁਰਵਰਤੋਂ ਨਹੀਂ ਹੁੰਦੀ ਬਲਕਿ ਬਹੁਤ ਸਾਰੀਆਂ ਸਨਅਤਾਂ, ਖਾਸ ਕਰਕੇ ਰੰਗਾਈ ਦੀ ਜਿਹੜੀ ਸਨਅਤ ਆ, ਉਹ ਵੀ ਪਾਣੀ ਜਿਹੜਾ ਬਹੁਤ ਜਿਹੜਾ ਉਹਨੂੰ ਕਹਿ ਸਕਦੇ ਹਾਂ ਉਹਦੀ ਦੁਰਵਰਤੋਂ ਕਰਦੀ ਹੈ। ਅਤੇ ਬਾਕੀ ਪਿੰਡਾਂ ਅਤੇ ਸ਼ਹਿਰਾਂ ਵਿੱਚ ਪੀਣ ਲਈ ਵੀ ਜਦੋਂ ਪਾਣੀ ਅਸੀਂ ਵਰਤਦੇ ਹਾਂ ਅਤੇ ਟੂਟੀਆਂ ਲਗਾਤਾਰ ਚੱਲਦੀਆਂ ਰਹਿੰਦੀਆਂ ਅਤੇ ਉਹਨਾਂ ਨੂੰ ਬੰਦ ਕੋਈ ਨਹੀਂ ਕਰਦਾ, ਸਮਰਸੀਬਲ ਪਿੰਡਾਂ ਅਤੇ ਸ਼ਹਿਰਾਂ 'ਚ ਲੱਗੇ ਆ ਉਹ ਆਵਾਗੁਣ ਚੱਲਦੇ ਰਹਿੰਦੇ ਆ। ਸੋ ਸਮੁੱਚੇ ਤੌਰ 'ਤੇ ਪੰਜਾਬੀਆਂ ਦੇ ਸੁਭਾਅ 'ਚ ਪਾਣੀ ਦੀ ਕਿਫਾਇਤ ਕਰਨ ਵਾਲੀ ਕੋਈ ਗੱਲ ਹੈ ਹੀ ਨਹੀਂ। ਜੇ ਕੱਲ੍ਹ ਨੂੰ 8-10 ਸਾਲਾਂ ਨੂੰ ਧਰਤੀ ਹੇਠ ਪਾਣੀ ਮੁੱਕ ਗਿਆ ਅਤੇ ਸਾਨੂੰ ਪੀਣ ਲਈ ਪਾਣੀ ਨਾ ਲੱਭਿਆ ਅਤੇ ਪੰਜਾਬ ਦੀ ਖੇਤੀ ਵੀ ਪੂਰੀ ਤਰ੍ਹਾਂ ਠੱਪ ਹੋ ਕੇ ਰਹਿ ਜਾਏਗੀ, ਸਨਅਤਾਂ ਵੀ ਠੱਪ ਹੋ ਜਾਣਗੀਆਂ ਅਤੇ ਸਾਡਾ ਇੱਥੇ ਜੀਵਨ ਵੀ ਜਿਹੜਾ ਔਖਾ ਹੋ ਜਾਏਗਾ। ਪਿਛਲੇ ਦਿਨ ਹੀ ਟਹਿਣਾ ਜੀ ਇਹ ਵੀ ਖਬਰ ਆਈ ਸੀ ਕਿ ਸਿੰਧ ਘਾਟੀ ਦੀ ਸਭਿਅਤਾ ਜਿਹੜੀ 8,000 ਸਾਲ ਪੁਰਾਣੀ ਹੈ ਉਹਦਾ ਅੰਤ ਵੀ ਜਿਹੜਾ ਉਸ ਵੇਲੇ ਪਾਣੀ ਦੀ ਕਮੀ ਕਾਰਨ ਹੋਇਆ ਸੀ, ਜਿਹੜੇ ਇਤਿਹਾਸਕਾਰ ਆ ਖੋਜ ਕਰਕੇ ਉਹਨਾਂ ਨੇ ਇਹ ਗੱਲ ਕਹੀ ਹੈ। ਅਤੇ ਇਸ ਤਰ੍ਹਾਂ ਦੀਆਂ ਚੁਣੌਤੀਆਂ ਸਾਨੂੰ ਅੱਜ ਦੇ ਯੁੱਗ 'ਚ ਵੀ ਪੈਦਾ ਹੋ ਸਕਦੀਆਂ, ਇਹਦੇ ਲਈ ਸਮੂਹ ਪੰਜਾਬੀਆਂ ਨੂੰ ਜਿਹੜਾ ਸੁਚੇਤ ਅਤੇ ਸਾਵਧਾਨ ਹੋਣਾ ਚਾਹੀਦਾ ਅਤੇ ਸਰਕਾਰ ਨੂੰ ਵੀ ਜਿਹੜੀ ਖੇਤੀ ਨੀਤੀ ਵਿੱਚ ਜਾਂ ਜਿਹੜੀ ਸਾਡਾ ਫਸਲੀ ਵਿਭਿੰਨਤਾ ਹੈ ਉਹਨੂੰ ਲਿਆ ਕੇ ਅਤੇ ਜਿਹੜਾ ਇਹ ਪਾਣੀ ਦੀ ਬੱਚਤ ਕਰਨੀ ਚਾਹੀਦੀ ਹੈ ਅਤੇ ਜਿਹੜੀਆਂ ਨਵੀਆਂ ਫਸਲਾਂ ਕਿਸਾਨ ਕਾਸ਼ਤ ਕਰਨ ਉਹਨਾਂ ਦੇ ਮੰਡੀਕਰਨ ਦਾ ਵੀ ਠੋਸ ਪ੍ਰਬੰਧ ਹੋਣਾ ਚਾਹੀਦਾ। ਜੀ ਮਾਣਕ ਸਾਹਿਬ, ਖਬਰਾਂ ਕਈ ਹੋਰ ਵੀ ਸਨ ਪਰ ਵਕਤ ਦੀ ਘਾਟ ਰੋਕਣ ਦਾ ਇਸ਼ਾਰਾ ਕਰ ਰਹੀ ਹੈ। ਤੁਸੀਂ ਸਟੂਡੀਓ ਦੇ ਵਿੱਚ ਆਏ, ਖਬਰਾਂ ਦੇ ਉੱਤੇ ਟਿੱਪਣੀਆਂ ਕੀਤੀਆਂ, ਤੁਹਾਡਾ ਬਹੁਤ ਬਹੁਤ ਧੰਨਵਾਦ। ਸ਼ੁਕਰੀਆ ਜੀ।